ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੇਟਸ਼ੀਟ ਤਨਹੀਂ ਆਈ ਡੇਟਸ ਆ ਚੁੱਕੀਆਂ ਨੇ ਸਭ ਜੁੜੇ ਹਨ ਪ੍ਰੋਗਰਾਮਸ ਨੇ ਕੋਰਸਸ ਹੈ ਉਹਨਾਂ ਦੇ ਨਾਮ ਲਿਖੇ ਹੋਏ ਨੇ ਤੇ ਉਸ طرف ਡੇਟ ਹੈ ਨਾਰਮਲੀ ਸਾਰੀਆਂ ਹੀ ਡੇਟਸ ਤੇ 4-5 2024 ਮਤਲਬ 4 ਮਈ 2024 ਨੂੰ ਹੋ ਰਹੀਆਂ ਹਨ ਗੁਣਾਣਕ ਦੇਬ ਯੂਨੀਵਰਸਿਟੀ ਦੀਆਂ ਬੀਐਡ ਦੀਆਂ 17 ਮਈ ਨੂੰ ਸ਼ੁਰੂ ਹੋ ਰਹੀਆਂ ਨੇ ਅਲੱਗ ਤੋਂ ਵੀਡੀਓ ਪਾਈ ਹੋਈ ਹੈ ਉਹ ਦੇਖ ਸਕਦੇ ਹੋ ਇੱਥੇ ਐਮਏ ਫਾਰਮੇਸੀ ਐਮਟੈਕ ਚਲੋ ਇਹ ਤੁਸੀਂ ਲਿਸਟ ਖੁਦ ਦੇਖ ਸਕਦੇ ਹੋ ਇਟ ਮੀਨਸ ਜੇ ਮੋਸਟ ਕਾਮਨ ਜਿਹੜਾ ਹੈ ਗ੍ਰੈਜੂਏਸ਼ਨ ਉਹ ਵੀ 4 ਤਰੀਕ ਨੂੰ ਹੋ ਰਿਹਾ ਹੈ ਸਾਡੇ ਕੋਲ ਹੈ ਇਥੇ ਬੀਐਡ ਅ ਐਮਆਰ ਬੀਐਡ ਅ ਬੀਏ ਬੀਐਡ ਇੰਟੀਗ੍ਰੇਟਿਡ ਸਾਰੀਆਂ ਜੋ ਹਨ ਬੀਪੀਐਡ 2 ਸਾਲ ਹਨ ਜੋ এডਿਕੇਸ਼ਨ ਨਾਲ ਸੰਬੰਧਿਤ ਹੈ 4 5 2024 ਨੂੰ ਹੋਣ ਜਾ ਰਹੀਆਂ ਨੇ ਇਸ ਤੋਂ ਬਾਅਦ ਜੇ ਥੱਲੇ ਤੱਕ ਦੇਖਿਆ ਜਾਵੇ ਤੇ ਸਾਰੀਆਂ ਹੀ ਐਮਐਸਸੀ ਅ ਐਮਏ ਆਨਰਸ ਬੀਐਸਸੀ ਐਗਰੀਕਲਚਰ ਕੋਈ ਵੀ ਵੇਰੀਏਸ਼ਨ ਨਹੀਂ ਹੈ ਸੋ ਇੱਥੇ ਕੁਝ ਵੀ ਡਿਸਕਸ ਕਰਨ ਵਾਲਾ ਨਹੀਂ ਹੈ 4 ਮਈ 2024 ਨੂੰ ਤੁਹਾਡੀਆਂ ਸਾਰੇ ਐਗਜ਼ਾਮ ਸ਼ੁਰੂ ਹੋਣ ਜਾ ਰਹੇ ਨੇ ਹਾਂ ਤੁਹਾਡਾ 1-2 ਦਿਨ ਅੱਗੇ ਪਿੱਛੇ ਪੇਪਰ ਹੋ ਸਕਦਾ ਹੈ ਸੋ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਿਛਲੇ ਸਾਲ ਦੇ ਪੇਪਰ ਮੈਂ ਪਾ ਦਵਾਂਗਾ ਉਹ ਦੇਖ ਸਕਦੇ ਹੋ ਕੋਈ ਕੁਐਸਚਨ ਕਿਸੇ ਵੀ ਬੀਐਡ ਐਮਐਡ ਵਾਲਾ ਜੇ ਕੋਈ ਕੁਐਸਚਨ ਨਹੀਂ ਪਤਾ ਲੱਗਦਾ ਕਮੈਂਟ ਬਾਕਸ ਵਿੱਚ ਜਾ ਕੇ ਮੈਨੂੰ ਦੱਸੋ ਮੈਂ ਉਸ ਤੇ ਬਰੀਫ ਉਹਨੂੰ ਯਾਦ ਕਿਦਾਂ ਰੱਖਣਾ ਹੈ ਕਿ ਕਿਵੇਂ ਐਗਜ਼ਾਮ ਵਿੱਚ ਰਿਕਾਲ ਕਰਨਾ ਹੈ 이지 ਟੈਨਸ਼ਨ ਤੋਂ ਫ੍ਰੀ ਕਿਸ ਤਰ੍ਹਾਂ ਐਗਜ਼ਾਮ ਦਿੱਤੇ ਜਾ ਸਕਦੇ ਨੇ ਅੱਛਾ ਐਗਜ਼ਾਮ ਦਾ ਪੇਪਰ ਸ਼ੀਟ ਕਿਹੜੀ ਹੁੰਦੀ ਹੈ ਸੋ ਕਮੈਂਟ ਕਰੋਗੇ ਉਸ ਤਰ੍ਹਾਂ ਦਾ ਮੈਂ ਕਰਦਾ ਰਹਾਂਗਾ ਥੈਂਕ ਯੂ ਡਾਕਟਰ ਤੀਰਤ ਸਿੰਘ ਲਰਨ ਟੂ ਐਕਚੁਅਲਾਈਜ਼